ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਰੇ ਪਿਆਰਾਂ ਭਰਾਵਾਂ ਦਾ ਸਵਾਗਤ ਆ ਸਾਡੇ YouTube ਚੈਨਲ ਤੇ ਸੋ ਦੋਸਤੋ ਜਿਵੇਂ ਕਿ ਤੁਸੀਂ ਥੰਬਨੇਲ ਪਾੜੀ ਲਿਆ ਇੱਕ ਵੱਡਾ ਅਪਡੇਟ ਜਿਹੜਾ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ ਵੀਡੀਓ ਵਿੱਚ ਤੁਹਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਦੱਸਾਂਗੇ ਸਾਰਾ ਅਪਡੇਟ ਬਾਰੇ ਜਾਣਕਾਰੀ ਦਵਾਂਗੇ ਸੋ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਜਿਹੜੇ ਜਿਹੜੇ ਵੀਰਪਰਾ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਭਰਤੀਆਂ ਦੇ ਅਪਡੇਟ ਤੁਹਾਨੂੰ ਸਮੇਂ ਸਿਰ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੇ ਹਾਂਜੀ ਦੋਸਤੋ ਜਿਹੜਾ ਤੁਸੀਂ ਇਹ ਅਪਡੇਟ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹਦੇ ਵਿੱਚ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਵਿੱਚ ਜਿਹੜੀਆਂ ਸਵਿਲੀਲੈਂਸ ਸਟਾਫ ਵਿੱਚ ਪੋਸਟ ਆਈਆਂ ਸੀਗੀਆਂ ਜਿਹੜੇ-ਜਿਹੜੇ ਬੱਚੇ ਫਾਈਨਲ ਮੈਰਿਟ ਲਿਸਟ ਵਿੱਚ ਸ਼ਾਰਟਲਿਸਟ ਕੀਤੇ ਗਏ ਸੀ ਉਹਨਾਂ ਦਾ ਮੈਡੀਕਲ ਦੇ ਲਈ ਅਪਡੇਟ ਜਿਹੜਾ ਜਾਰੀ ਹੋ ਚੁੱਕਿਆ ਤੁਹਾਨੂੰ ਦੱਸਦੀ ਕਿ 13 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਸਵੇਰੇ 8 ਵਜੇ ਜਿਹੜੇ-ਜਿਹੜੇ ਵੀ ਜ਼ਿਲ੍ਹੇ ਤੁਸੀਂ ਬਿਲੋਂਗ ਕਰਦੇ ਹੋ ਅ ਜ਼ਿਲ੍ਹਾ ਸਿਵਲ ਸਰਜਨ ਕੋਲ ਤੁਹਾਡਾ ਜਿਹੜਾ ਮੈਡੀਕਲ ਹੋਣਾ ਤੇ ਨਾਲ ਹੀ ਤੁਹਾਡੀ ਬਾਇਓਮੈਟ੍ਰਿਕ ਹੋਣੀ ਹੈ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੈ ਕਿ 8 ਵਜੇ ਸਵੇਰੇ ਪਹੁੰਚ ਕੇ ਆਪਣਾ ਉਸੇ ਮੈਡੀਕਲ ਤੇ ਬਾਇਓਮੈਟ੍ਰਿਕ ਜਿਹੜੀ ਕਰਵਾ ਸਕਦੇ ਹੋ ਤੇ ਨਾਲ ਤੁਸੀਂ ਦੋਸਤੋ ਕਿਹੜੇ-ਕਿਹੜੇ ਡਾਕੂਮੈਂਟ ਲੈ ਕੇ ਆਉਣੇ ਨੇ ਤੁਹਾਡਾ ਆਧਾਰ ਕਾਰਡ ਤੇ ਉਸ ਤੋਂ ਬਾਅਦ ਜਨਮ ਪ੍ਰੂਫ 10ਵੀਂ ਦਾ ਸਰਟੀਫਿਕੇਟ ਤੇ 8 ਪਾਸਪੋਰਟ ਸਾਈਜ਼ ਫੋਟੋ ਆ ਠੀਕ ਹੈ ਤੇ ਉਸ ਤੋਂ ਬਾਅਦ ਦੋਸਤੋ ਜਿਹੜੀਆਂ ਮੁਕੰਮਲ ਹਦਾਇਤਾਂ ਆਨਲਾਈਨ ਪੋਰਟਲ ਤੋਂ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈੱਬਸਾਈਟ ਆ ਪੰਜਾਬ ਪੁਲਿਸ ਦੀ www.pnp.gov.in ਤੇ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਇਹਨਾਂ ਇਨਸਟਰਕਸ਼ਨ ਦੀ ਵੀਡੀਓ ਪ੍ਰੋਵਾਈਡ ਕਰਵਾਵਾਂ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਵੀਡੀਓ ਜ਼ਰੂਰ ਲੈ ਕੇ ਆਉਂਗਾ ਤੇ ਦੋਸਤੋ ਜਿਹੜਾ ਇਹ ਨੋਟੀਫਿਕੇਸ਼ਨ ਆ ਇਹ ਆਫੀਸ਼ੀਅਲ ਹੀ ਨੋਟੀਫਿਕੇਸ਼ਨ ਆ ਤੇ ਉਹਨਾਂ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ ਜਿਨ੍ਹਾਂ ਦਾ ਨਾਮ ਆਇਆ ਤੇ ਤੁਹਾਨੂੰ ਈਮੇਲ ਵੀ ਆ ਗਿਆ ਹੋਊਗਾ ਪ੍ਰੋਪਰ ਤਰੀਕੇ ਨਾਲ ਹੀ ਠੀਕ ਹੈ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ-ਆਪਣੀ ਜਿਹੜਾ ਕੁਇਰੀ ਹੈ ਜ਼ਰੂਰ ਸਾਂਝੀ ਕਰਨੀ ਹੈ ਤੇ ਜਿਹੜੇ-ਜਿਹੜੇ ਬੱਚੇ ਸਿਲੈਕਟਡ ਹੋਏ ਨੇ ਉਹਨਾਂ ਨੂੰ ਮੇਰੇ ਵੱਲੋਂ ਵਧਾਈਆਂ ਤੇ ਜੇਕਰ ਤੁਹਾਡੀ ਕੋਈ ਹੋਰ ਕੁਇਰੀ ਹੈਗੀ ਆ ਤੋ ਸਾਨੂੰ ਸਾਡੇ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਇੰਸਟਾ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਤੇ ਨਾਲ ਹੀ ਦੋਸਤੋ ਸਾਡੇ ਟੈਲੀਗ੍ਰam ਚੈਨਲ ਵੀ ਜੁਆਇਨ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਭਰਤੀਆਂ ਦੇ ਅਪਡੇਟਸ ਤੁਹਾਨੂੰ ਰੈਗੂਲਰ ਸਾਡੇ ਚੈਨਲ ਤੇ ਮਿਲਦੇ ਰਹਿਣ ਸਤਿ ਸ੍ਰੀ ਅਕਾਲ ਜੀ ਧੰਨਵਾਦ